कैमरे चेक किए इतों कैमर तो अगे जा रहे बट अगले कैमर चो आ नहीं रहा इन्ने सन च ही किसी ने गैप किया वजह रंजिश या कतल करने की वजह जी सामने आई है जो भुपिंद पिंदा दोषी है यदि इंटरोगेशन आया कि इन शक से घरवाली जो मृतक जतेंद्र ज्योति है वो नजायज संबंध से इसे रंजिश करके जो कतल हो ਸਾਨੂੰ ਇਨਸਾਫ ਚਾਹੀਦਾ ਜੀ ਜੇ ਉਹ ਸਾਡੇ ਮੁੰਡੇ ਨਾਲ ਇਹਨੇ ਕੀਤਾ ਸਾਨੂੰ ਇਹਦੀ ਡੈੱਡ ਬੋਡੀ ਚਾਹੀਦੀ ਆ ਅਸੀਂ ਸੇਫ ਹੋਣਾ ਚਾਹੁੰਦੇ ਹਾਂ ਸਾਡਾ ਪਿੰਡ ਵੀ ਸਾਡੀ ਫੈਮਿਲੀ ਵੀ ਦੋਨੋਂ ਦੋਸ਼ੀ ਭੁਪਿੰਦਰ ਸਿੰਘ ਪਿੰਦਾ ਤੇ ਰੇਸ਼ਮ ਇਲੀਅਸ ਗੋਰਾ ਇਹ ਅਰੈਸਟ ਹੋਏ ਨੇ ਕੱਲ੍ਹ ਰਾਤ ਅਤੇ ਫਿਲਹਾਲ ਇਹ 7 ਦਿਨ ਦੇ ਪੁਲਿਸ ਰਿਮਾਂਡ 'ਤੇ ਨੇ ਜਿਹੜਾ ਕਤਲ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਵੀ ਇਹ ਕਤਲ ਹੋ ਗਿਆ ਅਸੀਂ ਤਾਂ ਜੀ ਉਹਨੂੰ ਜਿਵੇਂ ਮੁੰਡੇ ਬਾਹਰ ਚਲੇ ਜਾਂਦੇ ਆ ਸਾਨੂੰ ਤਾਂ ਇਸ ਵੀ ਟਾਈਮ ਟੂ ਟਾਈਮ ਆਉਂਦੇ ਆ ਕੰਮਾਂ ਤੇ ਜਾਣਾ ਫਾਰਮ ਤੇ ਜਾਣਾ ਅਸੀਂ ਉਹਦੀ ਵੇਟ ਕਰਦੇ ਰਹੇ ਉਹਦਾ ਫੋਨ ਸੁੱਚ ਬੰਦ ਆਈ ਜਾਂਦਾ ਵੀ ਇਸ ਟਾਈਮ ਤੋਂ ਘਰੇ ਆ ਜਾਂਦਾ ਜਦੋਂ ਸਾਨੂੰ ਪਤਾ ਲੱਗਿਆ ਵੀ ਉਹਦਾ ਫੋਨ ਆਨ ਹੋ ਹੀ ਨਹੀਂ ਰਿਹਾ ਉਦੋਂ ਉਹਦੇ ਦੋਸਤਾਂ ਨੂੰ ਪੁੱਛਣਾ ਸ਼ੁਰੂ ਕੀਤਾ ਸਾਰੇ ਮਜ਼ਾਕ 'ਚ ਲੈ ਲਿਆ ਵੀ ਉਹ ਇੱਥੇ ਨੇੜੇ ਤੇੜੇ ਗਿਆ ਪਰ ਜਿਵੇਂ ਜਿਵੇਂ ਟਾਈਮ ਪੈਂਦਾ ਗਿਆ ਅਸੀਂ ਉਹਦੀ ਭਾਲ ਸ਼ੁਰੂ ਕੀਤੀ ਸਾਨੂੰ ਉਹ ਲੱਭਿਆ ਨਹੀਂ ਸਾਡੇ ਕੈਮਰੇ ਚੈੱਕ ਕੀਤੇ ਇੱਥੋਂ ਕੈਮਰਿਆਂ ਤੋਂ ਅੱਗੇ ਜਾ ਰਿਹਾ ਬਟ ਅਗਲੇ ਕੈਮਰਿਆਂ 'ਚ ਉਹ ਆ ਨਹੀਂ ਰਿਹਾ ਇੰਨੇ ਸਨ 'ਚ ਹੀ ਉਹ ਕਿਸੇ ਨੇ ਗੈਪ ਕੀਤਾ ਓਕੇ ਤੁਹਾਨੂੰ ਤੁਸੀਂ ਭਾਲ ਜਾਰੀ ਰੱਖੀ ਆ ਉਹਦੀ ਉਹਦੇ ਪਰ ਹਾਂਜੀ ਸਾਰੇ ਪਿੰਡ ਨੇ ਸਾਡੇ ਨਾਲ ਸੀ ਸਾਰਾ ਪਿੰਡ ਰਾਤ ਨੂੰ 2 ਵਜੇ ਤੱਕ ਨਾਲ ਦੇ ਨੇੜੇ ਤੇੜੇ ਕੋਈ ਕੈਮਰਾ ਨਹੀਂ ਕਿਸੇ ਨੇ ਛੱਡਿਆ ਸਾਰੇ ਪਿੰਡ ਦਿਆਂ ਨੇ ਸਾਡਾ ਸਾਥ ਦਿੱਤਾ ਐਫ ਆਈ ਆਰ ਕਿੰਨੇ ਟਾਈਮ ਬਾਅਦ ਤੁਸੀਂ ਐਫ ਆਰ ਆਈ 6 ਵਜੇ ਨੂੰ ਅਸੀਂ ਬਾਗੇ ਪੁਰਾਣੀ ਥਾਣੇ 'ਚ ਚਲੇ ਗਏ ਸੀ ਉਸੇ ਦਿਨ ਜੀ ਇਤਲਾਹ ਦੇ ਦਿੱਤੀ ਸੀ ਹਾਂਜੀ ਜੀ ਹੁਣ ਤੁਸੀਂ ਕੀ ਮੰਗ ਕਰਦੇ ਸਰ ਸਾਨੂੰ ਇਨਸਾਫ ਚਾਹੀਦਾ ਜੀ ਜੇ ਉਹ ਸਾਡੇ ਮੁੰਡੇ ਨਾਲ ਇਹਨੇ ਕੀਤਾ ਸਾਨੂੰ ਇਹਦੀ ਡੈੱਡ ਬੋਡੀ ਚਾਹੀਦੀ ਆ ਅਸੀਂ ਸੇਫ ਹੋਣਾ ਚਾਹੁੰਦੇ ਆ ਸਾਡਾ ਪਿੰਡ ਵੀ ਸਾਡੀ ਫੈਮਿਲੀ ਵੀ ਤੁਹਾਡਾ ਗਵਾਂਡ ਆ ਜਾਵਾਂ ਬਿਲਕੁਲ ਕੰਧ ਨਾਲ ਕੰਧ ਸਾਂਝੀ ਆ ਕਾਰਨ ਕੀ ਬਣਿਆ ਤੁਹਾਡੇ ਕੋਲ ਲਾਗਡਾ ਟ੍ਰੈਕ ਨਹੀਂ ਸੀ ਸਾਨੂੰ ਕੋਈ ਵੀ ਨਹੀਂ ਕੁਛ ਵੀ ਲਾਗਡਾ ਨਹੀਂ ਹੈਗੇ ਸਾਨੂੰ ਗਲੀ ਵਿੱਚ ਪਹਿਲਾਂ ਸਾਡੇ ਆਉਂਦਾ ਜਾਂਦਾ ਸੀ ਗਲੀ ਵਿੱਚ ਬਾਹਰ ਜੋਤੀ ਗਰਗਿਆਂ ਨੂੰ ਮੇਰੇ ਹਸਬੰਡ ਰਾਜੂ ਆ ਉਹਨਾਂ ਨੂੰ ਬੁਲਾਉਂਦਾ ਵੀ ਸੀ ਇਹਨਾਂ ਦੇ ਬੱਚੇ ਵੀ ਸਾਡੇ ਪਹਿਲਾਂ ਘਰੇ ਆਉਂਦੇ ਜਾਂਦੇ ਸੀ ਹੁਣ ਚਲੋ ਆਪਦੇ ਅਲੱਗ ਰਹਿੰਦੇ ਸੀ ਕੋਈ ਹੁਣ ਨਹੀਂ ਆਉਣਾ ਜਾਣਾ ਸੀ ਜਦੋਂ ਮੁੰਡਾ ਲਾਪਤਾ ਹੁੰਦਾ ਤੁਹਾਡਾ ਗਵਾਂਡ ਮੱਥੇ ਹੁੰਦੇ ਕਰਕੇ ਇਹਨਾਂ ਦਾ ਕੋਈ ਪਰਿਵਾਰਕ ਮੈਂਬਰ ਤੁਹਾਡੇ ਨਾਲ ਲਭਾਉਣ ਨਾਲ ਆਇਆ ਸੀਗਾ ਮੁੰਡੇ ਨਹੀਂ ਜੀ ਇਹ 2 ਮਿੰਟ ਇਹ ਇੱਥੇ ਆਇਆ ਮੇਰਾ ਬੇਟਾ ਸੀਗਾ ਇਹ ਬਾਗੇ ਫਾਜ਼ਿਲਕਾ ਤੋਂ ਮੋਗੇ ਨੂੰ ਜਾ ਰਿਹਾ ਸੀ ਜਦੋਂ ਇਹਨੂੰ ਕੋਟਕਪੂਰੇ ਪਹੁੰਚੇ ਇਹਨੂੰ ਪਤਾ ਲੱਗਿਆ ਵੀ ਇਹਦਾ ਚਾਚਾ ਮਿਸਿੰਗ ਆ ਮੈਨੂੰ ਇਹਦੇ ਨਾਲ ਇਨਫੋਰਮ ਕੀਤਾ ਇਹ ਹਾਈਪਰ ਹੋ ਕੇ ਬਾਗੇ ਪੁਰਾਣੇ ਉੱਤਰ ਗਿਆ ਇਹਨੂੰ ਉੱਥੋਂ ਕੋਈ ਬੱਸ ਨਹੀਂ ਮਿਲੀ ਇਹ ਬਾਗੇ ਪੁਰਾਣੇ ਤੋਂ ਭੱਜ ਕੇ ਆ ਗਿਆ ਰਾਤ ਨੂੰ ਧੁੰਦ ਦਾ ਟਾਈਮ ਸੀ ਹਨੇਰਾ ਸੀ ਇਕੱਲਾ ਹੀ ਆਪਣੇ ਆਪ ਭੱਜ ਕੇ ਆ ਗਿਆ ਜਦੋਂ ਆ ਪੈਟਰੋਲ ਪੰਪ ਕੋਲ ਆਇਆ ਇੱਥੇ ਇਹਦੇ ਨਾਲ ਸਾਡੇ ਸੰਪਰਕ ਹੋਇਆ ਕਹਿੰਦਾ ਮੈਂ ਤਾਂ ਤੁਰਿਆ ਆਉਣਾ ਸਾਨੂੰ ਪਤਾ ਨਹੀਂ ਸੀ ਵੀ ਇਹ ਪੈਦਲ ਆ ਰਿਹਾ ਇਹ ਇੱਥੇ ਖੜਾ ਸੀ 3-4 ਲੇਡੀਜ਼ ਖੜੀਆਂ ਵੀ ਪਤਾ ਕਰਦੇ ਵੀ ਕਿੱਥੇ ਆ ਜੋਤੀ ਗੱਲ ਹੋ ਰਹੀ ਸੀ ਜਦੋਂ ਇਹਦੇ ਨਾਲ ਸੰਪਰਕ ਹੋਇਆ ਇਹ ਕਹਿੰਦਾ ਵੀ ਕੌਣ ਲੈਣ ਆਉਂਦਾ ਸਾਡੇ ਗਵਾਂਢਣਾ ਵਰਿੰਦਰ ਇਹਦੇ ਨਾਲ ਜੋ ਕਹਿੰਦੀ ਵੀ ਉਹਨੂੰ ਕੋਈ ਲੈਣ ਜਾ ਰਿਹਾ ਇਹ ਮੈਨੂੰ ਕਹਿੰਦਾ ਕਹਿੰਦਾ ਮੇਰੇ ਬੱਚੇ ਸੰਭਾਲ ਲਓ ਮੈਂ ਜਾ ਕੇ ਲੈ ਆਉਣਾ ਓਕੇ ਇਹਨੇ ਮੈਨੂੰ ਇਹ ਗੱਲ ਕਹੀ ਆ ਉਦੋਂ ਇਹ ਮੇਰੀ ਗਵਾਂਢਣ ਵਰਿੰਦਰ ਨੇ ਮੈਨੂੰ ਕਿਹਾ ਕਹਿੰਦੀ ਮੈਂ ਫੋਨ ਕਰਦੀ ਹਾਂ ਅਰਮਾਨ ਨੂੰ ਇਹਦੇ ਨਾਲ ਸੰਪਰਕ ਹੋਇਆ ਉਹ ਕਹਿੰਦਾ ਮੈਨੂੰ ਕੋਈ ਮਿਲ ਗਿਆ ਮੈਂ ਆ ਰਿਹਾ ਉਹਨਾਂ ਨਾਲ ਕਹਿੰਦਾ ਚਲੋ ਫਿਰ ਠੀਕ ਆ ਮੈਨੂੰ ਇਹਨੇ ਸਾਈਡ ਤੇ ਕਰਕੇ ਇਹ ਵੀ ਕਿਹਾ ਕਹਿੰਦਾ ਤੁਸੀਂ ਆਸੇ ਪਾਸੇ ਨਾ ਰਹਿ ਜਿਓ ਕਹਿੰਦਾ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਓ ਕਈ ਵਾਰ ਕਿਸ ਕੁਛ ਪਤਾ ਨਹੀਂ ਹੁੰਦਾ ਕੀ ਕਾਰਵਾਈ ਹੁੰਦੀ ਆਸੇ ਪਾਸੇ ਦੂਰ ਨੇੜੇ ਸਾਰੇ ਕਿਤੇ ਪਤਾ ਕਰ ਲਿਆ ਇਹਨੇ ਆਹ ਗੱਲ ਵੀ ਮੈਨੂੰ ਸਾਈਡ ਤੇ ਬੁਲਾ ਕੇ ਭੁਪਿੰਦਰ ਸਿੰਘ ਨੇ ਗੱਲ ਕੀਤੀ ਭੁਪਿੰਦਰ ਸਿੰਘ ਨੇ ਅਗਲੇ ਦਿਨ ਇਹ ਸਾਡੇ ਘਰੇ ਆਇਆ ਜਦੋਂ ਮਾਰਨਿੰਗ ਟਾਈਮ ਠੀਕ ਹੈ ਇਹ ਉਹਨਾਂ ਕਹਿ ਕੇ ਚਲੇਗਾ ਸਾਰਾ ਪਿੰਡ ਰਾਤ ਨੂੰ 2 ਵਜੇ ਤੱਕ ਸਾਡੇ ਘਰੇ ਰਿਹਾ ਸਾਡੇ ਘਰੇ ਐਟਲੀ 10-12 ਮੁੰਡੇ ਵੀ ਸਾਡੇ ਨੇੜੇ ਦੇ ਸਾਡੇ ਘਰੇ ਰਹੇ ਵੀ ਰਾਤ ਨੂੰ ਕੁਛ ਵੀ ਲੋੜ ਪੈ ਸਕਦੀ ਹੈ ਮਾਰਨਿੰਗ 5 ਵਜੇ ਨੂੰ ਸਾਰੇ ਫੇਰ ਆ ਗਏ ਆ ਸਾਰੇ ਜਦੋਂ ਇੱਥੇ ਇਕੱਠੇ ਹੋਏ ਆ ਜਦੋਂ ਕਵਰ ਕੀਤੀਆਂ ਗੱਡੀ ਆਈਆਂ ਅਗਲੇ ਕੈਮਰੇ ਵਿੱਚ ਗ੍ਰੇ ਕਲਰ ਦੀ ਗੱਡੀ ਆਈ ਆ ਕਹਿੰਦਾ ਇਹ ਗੱਡੀ ਤਾਂ ਮੈਂ ਛੱਡ ਕੇ ਆਇਆ ਇਹਨੇ ਇਹ ਗੱਲ ਕਹੀ ਆ ਕਹਿੰਦੇ ਇਹਦੇ ਵਿੱਚ ਮੈਂ ਇਕੱਲਾ ਸੀ ਅਸੀਂ ਕਿੱਥੇ ਛੱਡੀ ਕਹਿੰਦਾ ਮੈਂ ਵੈਰੋਕੀ ਮੈਂ ਕਿਹਾ ਸਾਡੇ ਜੋਤੀ ਦਾ ਫੋਨ ਵੀ ਵੈਰੋਕੀ ਬੰਦ ਹੋਇਆ ਇਹ ਉਸੇ ਟਾਈਮ ਸਾਰੇ ਇੰਨੇ ਪਬਲਿਕ ਵਿੱਚੋਂ ਖਿਸਕ ਗਿਆ ਇਹ ਉਦੋਂ ਉਦੋਂ ਬਾਅਦ ਸਾਡਾ ਫੋਨ ਬੈਰੋ ਕੇ ਬੰਦ ਹੁੰਦਾ ਤੇ ਉਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਫੋਨ ਬੈਰੋ ਸਾਨੂੰ ਲੋਕੇਸ਼ਨ ਹੀ ਐਂ ਪਤਾ ਲੱਗਿਆ ਵੀ ਕਹਿੰਦੇ ਬੈਰੋ ਕੇ ਆਲ ਦਾ ਟਾਵਰ ਚੱਕ ਰਿਹਾ ਬੈਰੋ ਕੀ ਫੋਨ ਬੰਦ ਹੋਇਆ ਅਸੀਂ ਅਚਾਨਕ ਹੀ ਮੇਰੇ ਮੂੰਹ ਨਿਕਲੇ ਜਿਹਦੇ ਨੇ ਗੱਲ ਕਹੀ ਇੰਨੇ ਟਾਈਮ 'ਚ ਉਹ ਸਾਰੀ ਪਬਲਿਕ ਵਿੱਚੋਂ ਖਿਸਕ ਗਿਆ ਤੇ ਸਾਈਕਲ ਤੇ ਇਧਰਲੀ ਸਾਈਡ ਨੂੰ ਚਲੇ ਗਿਆ ਉਦੋਂ ਬਾਅਦ ਇਹ ਸਾਡੇ ਨਾਲ ਨਹੀਂ ਆਇਆ ਸਾਰੀ ਪਿੰਡ ਹੁਣ ਤੱਕ ਸਾਡੇ ਨਾਲ ਆ ਪਰ ਇਹ ਬੰਦਾ ਸਾਡੇ ਨਾਲ ਨਹੀਂ ਸੀ ਪਰ 2-3 ਦਿਨ ਬੀਤਣ ਦੇ ਬਾਵਜੂਦ ਲੱਗ ਤਾਂ ਨਹੀਂ ਰਿਹਾ ਵੀ ਪੁਲਿਸ ਪ੍ਰਸ਼ਾਸਨ ਕਿਸੇ ਸਿਆਸੀ ਦਬਾਅ ਹੇਠਾਂ ਕੰਮ ਕਰ ਰਿਹਾ ਜੀ ਸਾਡੇ ਤੱਕ ਦਿਮਾਗ 'ਚ ਕੁਛ ਵੀ ਨਹੀਂ ਆ ਰਿਹਾ ਸਾਨੂੰ ਕੁਛ ਵੀ ਇਨਸਾਫ ਚਾਹੀਦਾ ਵੀ ਜਲਦੀ ਤੋਂ ਜਲਦੀ ਨਾ ਹੋਊਗਾ ਤਾਂ ਅਸੀਂ ਸਰਕਾਰ ਨੂੰ ਇਹੀ ਬੇਨਤੀ ਆ ਵੀ ਸਾਡੇ ਐਮਐਲਏ ਨਾਲ ਵੀ ਗੱਲ ਕਰ ਲੈਂਦੇ ਆ ਜੋ ਕਿਸੇ ਉਹਨਾਂ ਨੂੰ ਚਾਹੀਦਾ ਵੀ ਸਾਨੂੰ
ਲੈ ਲੈਣ ਜੋ ਲੈ ਦੇ ਕੇ ਵੀ ਸਾਡਾ ਖਹਿੜਾ ਛੁੱਟਦਾ ਸਾਨੂੰ ਇਨਸਾਫ ਦਵਾ ਦੇਣੇ ਐਮਐਲਏ ਸਾਹਿਬ ਤੁਹਾਡੇ ਕੋਲ ਪਹੁੰਚਿਆ ਹਜੇ ਤੱਕ ਕੋਈ ਨਹੀਂ ਉਹਨਾਂ ਨਾਲ ਫੋਨ ਤੇ ਗੱਲ ਹੋ ਰਹੀ ਹੈ ਉਹਨਾਂ ਦਾ ਪੀਏ ਸਾਡੇ ਨਾਲ ਸੀ ਉਹ ਸਾਥ ਦੇ ਰਹੇ ਆ ਧੰਨਵਾਦ ਜੀ ਐਕਚੁਅਲੀ ਕੱਲ ਸਾਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਰਾਜਵਿੰਦਰ ਸਿੰਘ ਰਾਜੂ ਵੱਲੋਂ ਕਿ ਉਹਦੇ ਬ੍ਰਦਰ ਜਤਿੰਦਰ ਸਿੰਘ ਜੋਤੀ ਵਾਸੀ ਮਾੜੀ ਮੁਸਤਫਾ ਦਾ ਪਿੰਡ ਦੇ ਭੁਪਿੰਦਰ ਸਿੰਘ ਪਿੰਡਾ ਅਤੇ ਪਿੰਡ ਸੰਗਤਪੁਰਾ ਦੇ ਗੋਰਾ ਨਾਮ ਦੇ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਜਿਹਦੀ ਤਫਤੀਸ਼ 'ਤੇ ਚੱਲਦਿਆਂ ਅਸੀਂ ਮੁਕੱਦਮਾ ਰਜਿਸਟਰ ਕੀਤਾ ਸੀ ਅਤੇ ਉਸ ਮੁਕੱਦਮੇ 'ਚ ਦੋਨੋਂ ਦੋਸ਼ੀ ਭੁਪਿੰਦਰ ਸਿੰਘ ਪਿੰਦਾ ਅਤੇ ਰੇਸ਼ਮ ਇਲੀਅਸ ਗੋਰਾ ਇਹ ਅਰੈਸਟ ਹੋਏ ਨੇ ਕੱਲ੍ਹ ਰਾਤ ਅਤੇ ਫਿਲਹਾਲ ਇਹ 7 ਦਿਨ ਦੇ ਪੁਲਿਸ ਰਿਮਾਂਡ 'ਤੇ ਨੇ ਅਤੇ ਬਾਕੀ ਜਿਹੜੀ ਤਫਤੀਸ਼ ਆ ਮੁਕੱਦਮਾ ਦੀ ਚੱਲ ਰਹੀ ਹੈ ਜੀ ਹੁਣ ਤੱਕ ਪੁੱਛ ਗਿੱਛ 'ਚ ਕੀ ਸਾਹਮਣੇ ਆਇਆ ਕੀ ਮਾਮਲਾ ਲੱਗਦਾ ਰੰਜਿਸ਼ ਸੀ ਜਾਂ ਕੋਈ ਹੋਰ ਮਾਮਲਾ ਸੀ ਇਹਦੇ 'ਚ ਜਿਹੜਾ ਵਜ੍ਹਾ ਰੰਜਿਸ਼ ਜਾਂ ਕਤਲ ਕਰਨ ਦੀ ਵਜ੍ਹਾ ਜਿਹੜੀ ਸਾਹਮਣੇ ਆਈ ਉਹ ਜਿਹੜਾ ਭੁਪਿੰਦਰ ਸਿੰਘ ਪਿੰਦਾ ਦੋਸ਼ੀ ਹੈਗਾ ਇਹਦੀ ਇੰਟਰੋਗੇਸ਼ਨ 'ਚ ਆਇਆ ਕਿ ਇਹਨੂੰ ਸ਼ੱਕ ਸੀ ਕਿ ਇਹਦੀ ਘਰਵਾਲੀ ਦੇ ਜਿਹੜਾ ਮ੍ਰਿਤਕ ਜਤਿੰਦਰ ਜੋਤੀ ਹੈ ਉਹਦੇ ਨਾਲ ਨਾਜਾਇਜ਼ ਸੰਬੰਧ ਸੀ ਇਸੇ ਰੰਜਿਸ਼ ਕਰਕੇ ਜਿਹੜਾ ਇਹ ਕਤਲ ਹੋਇਆ ਸੀ ਕਿਸ ਜਗ੍ਹਾ 'ਤੇ ਕਤਲ ਕੀਤਾ ਔਰ ਕਿਸ ਤਰ੍ਹਾਂ ਕੀਤਾ ਗਿਆ ਮਾੜੀ ਮੁਸਤਫਾ ਭੁਪਿੰਦਰ ਸਿੰਘ ਪਿੰਦਾ ਦੇ ਘਰ ਹੀ ਇਹ ਕਤਲ ਹੋਇਆ ਅਤੇ ਪਹਿਲਾਂ ਇਹਦੇ ਜਤਿੰਦਰ ਜੋਤੀ ਦੇ ਸਿਰ 'ਚ ਸੱਟਾਂ ਮਾਰ ਕੇ ਉਸ ਤੋਂ ਬਾਅਦ ਉਸਦਾ ਗਲਾ ਜਿਹੜਾ ਇਹਨਾਂ ਨੇ ਸਾਫੇ ਨਾਲ ਕੁੱਟਿਆ ਦੋਨਾਂ ਨੇ ਰਲ ਕੇ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਡੈੱਡ ਬੋਡੀ ਇਹ ਰਾਜਸਥਾਨ ਨਹਿਰ ਵਿੱਚ ਸਿੱਟ ਕੇ ਆਏ ਨੇ ਅਤੇ ਸਰ ਹੁਣ ਤੱਕ ਕੁਛ ਮਿਲ ਸਕਿਆ ਬੋਡੀ ਦਾ ਪਤਾ ਲੱਗ ਸਕਿਆ ਨਹੀਂ ਬੋਡੀ ਹਾਲੇ ਤੱਕ ਰਿਕਵਰ ਨਹੀਂ ਹੋਈ ਜੀ ਕੋਸ਼ਿਸ਼ ਜਾਰੀ ਆ ਉੱਥੇ ਸਾਡੀਆਂ ਟੀਮਸ ਕੱਲ੍ਹ ਵੀ ਲੱਗੀਆਂ ਹੋਈਆਂ ਸੀ ਅੱਜ ਵੀ ਵਰਕ ਕਰਦੇ ਰਹੇ ਹਾਂ ਬਟ ਫਿਲਹਾਲ ਹਾਲੇ ਬੋਡੀ ਨਹੀਂ ਹੋਈ ਪਲੇਸ ਉਹਨਾਂ ਦਾ ਜਿਹੜਾ ਪਿਛੋਕੜਾ ਦੋਸ਼ੀਆਂ ਦਾ ਕੋਈ ਇੱਦਾਂ ਦਾ ਹੈਗਾ ਹਾਂਜੀ ਕ੍ਰਿਮੀਨਲ ਬੈਕਗਰਾਊਂਡ ਹੈਗਾ ਜਿਹੜਾ ਭੁਪਿੰਦਰ ਸਿੰਘ ਪਿੰਡਾ ਇਹਦੇ 'ਤੇ ਵੀ ਐਕਸਪਲੋਜ਼ਿਵ ਐਕਟ ਦੇ ਪੁਰਾਣੇ ਪਰਚੇ ਦਰਜ ਹੈਗੇ 1996 94 ਦੇ ਅਤੇ ਜਿਹੜਾ ਦੂਸਰਾ ਦੋਸ਼ੀ ਰੇਸ਼ਮ ਗੋਰਾ ਇਹਦੇ 'ਤੇ 2 ਪਰਚੇ ਜਿਹੜੇ ਐਨ ਟੀ ਪੀ ਐਸ ਐਕਟ ਦੇ ਅਤੇ ਇੱਕ ਆਰਮਸ ਐਕਟ ਦਾ ਮੁਕੱਦਮਾ ਦਰਜ ਹੈ ਜਿਹੜਾ ਮ੍ਰਿਤਕ ਹੈ ਸਰ ਉਹ ਸ਼ਾਦੀਸ਼ੁਦਾ ਅਤੇ ਬੱਚੇ ਹੈ ਜਾਂ ਸ਼ਾਦੀਸ਼ੁਦਾ ਸੀ 2 ਬੱਚੇ ਨੇ ਉਹਦੇ ਅਤੇ ਉਮਰ ਕਿੰਨੀ ਦੇ ਕਰੀਬ 34-35 ਸਾਲ ਉਮਰ ਸੀ ਖੇਤੀਬਾੜੀ ਅਤੇ ਪੋਲਟਰੀ ਫਾਰਮ ਦਾ ਕੰਮ ਜਿਹੜਾ ਮਾੜੀ ਮੁਸਤਫਾ ਪਿੰਡ 'ਚ ਕਰਦਾ ਸੀ ਅਤੇ ਪੁਲਿਸ ਵੱਲੋਂ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੁਕੱਦਮਾ ਦਰਜ ਕਰਕੇ ਜੀ ਅਰੈਸਟ ਦੋਸ਼ੀਆਂ ਦੀ ਅਰੈਸਟ ਹੋ ਗਈ ਆ ਉਹਨਾਂ ਦੀ ਅਤੇ ਮੁਕੱਦਮਾ ਤਫਤੀਸ਼ ਚੱਲ ਰਹੀ ਆ ਅਸੀਂ ਜਿਹੜੀ ਆ ਡੈੱਡ ਬੋਡੀ ਦੀ ਭਾਲ 'ਚ ਜਿਹੜੀਆਂ ਲੱਗੀਆਂ ਹੋਈਆਂ ਕਿਹੜੀਆਂ ਧਾਰਾਵਾਂ ਦੇ ਅਧੀਨ ਪਰਚਾ ਦਰਜ ਕੀਤਾ ਗਿਆ 302 ਅਤੇ 120 BIPC ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ